ਸਤਿ ਸ਼੍ਰੀ ਅਕਾਲ ਦੋਸਤੋ, ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਹੈ ਤਾਂ ਖੈਰ ਵੱਡੀ ਕੰਪਨੀ ਦੀ ਆ, ਪਰ ਇੱਕ ਗੱਲ ਇੱਥੋਂ ਪਤਾ ਲੱਗਦੀ ਆ ਵੀ ਇਹ ਲੋਕਾਂ ਦੀ ਜਿਹੜੀ ਇੱਕ ਸੋਚ ਹੁੰਦੀ ਆ ਉਹ ਕਿਵੇਂ ਆਖਰ ਕਰੇ ਜਤਾਉਂਦੀ ਆ ਵੀ ਮੁਲਾਜ਼ਮ ਉਹਨਾਂ ਦੇ ਬਾਰੇ ਸੋਚਦੇ ਨੇ, ਅਤੇ ਫਿਰ ਕੰਪਨੀਆਂ ਜਦੋਂ ਮੁਲਾਜ਼ਮ ਜਦੋਂ ਕੰਪਨੀ ਬਾਰੇ ਸੋਚਣ ਲੱਗ ਜੇ ਤਾਂ ਉਹ ਕਿਵੇਂ ਆਖਰ ਕਰ ਅੱਗੇ ਵੱਧਦੀ ਆ। ਜ਼ਿਆਦਾਤਰ ਪ੍ਰਾਈਵੇਟ ਸੈਕਟਰ 'ਚ ਅਸੀਂ ਹਾਲ ਦੇਖਿਆ, ਚੰਮ ਲਾ ਲਓ ਜਿੰਨਾ ਮਰਜ਼ੀ, ਪਰ ਦੇ ਕੇ ਕੋਈ ਕਿਸੇ ਨੂੰ ਰਾਜ਼ੀ ਨਹੀਂ। ਐਪਲ ਵਾਲਿਆਂ ਨੇ ਕਹਿੰਦੇ ਇਹ ਇੱਕ ਯੋਜਨਾ ਸ਼ੁਰੂ ਕਰੀ ਆ ਆਪਦੇ ਮੁਲਾਜ਼ਮਾਂ ਦੇ ਵਾਸਤੇ। ਇਹਦੇ 'ਚ ਲੇਟੈਸਟ ਲੀ ਨੇ ਇਹ ਜਾਣਕਾਰੀ ਸਾਂਝੀ ਕਰੀ ਆ, ਕਹਿੰਦੇ ਖੁਸ਼ਖਬਰੀ ਆ ਕਿ ਆਪਦੇ ਕਰਮਚਾਰੀਆਂ ਨੂੰ ਭਾਰਤ ਦੇ ਵਿੱਚ 78,000 ਘਰ ਬਣਾ ਕੇ ਦੇਊਗੀ ਐਪਲ। ਯਾਨੀ ਕਿ ਐਪਲ ਕੰਪਨੀ ਆਪਦੇ ਇੰਪਲਾਈ ਨੂੰ 78,000 ਇੰਪਲਾਈਆਂ ਨੂੰ ਘਰ ਬਣਾ ਕੇ ਦੇਊਗੀ, ਜਿਹਦੇ ਵਾਸਤੇ ਕਹਿੰਦੇ ਦੱਸਦੇ ਆ ਵੀ ਕਿਹੜੇ ਕਿਹੜੇ ਇੰਪਲਾਈ ਨੂੰ ਇਹਦਾ ਫਾਇਦਾ ਜਿਹੜਾ ਮਿਲੂਗਾ। ਯਾਨੀ ਕਿ ਕੰਪਨੀ ਆਪਦੇ ਇੰਪਲਾਈਆਂ ਬਾਰੇ ਇੰਨਾ ਸੋਚਦੀ ਆ ਘਰ ਬਣਾਉਣ ਬਾਰੇ। ਆਮ ਕਰਕੇ ਸੁਪਨਾ ਹੁੰਦਾ, ਬਹੁਤ ਸਾਰੇ ਲੋਕ ਕੰਪਨੀਆਂ ਨੂੰ ਤਾਂ ਹੁੰਦਾ ਵੀ ਤੋੜ ਦਿਓ, ਇਸ ਤਾਂ ਪੈਸੇ ਦੇ ਲਏ, ਪਤਾ ਨਹੀਂ ਕੀ ਇਹਨਾਂ ਨੂੰ ਖਰੀਦ ਲਿਆ। ਤਾਂਹੀਓ ਕਰਕੇ ਆ ਦੋਸਤੋ ਕਿ ਇਹ ਜਿਹੜੀਆਂ ਕੰਪਨੀਆਂ ਨੇ ਉਹ ਇੰਨੇ ਇੰਨੇ ਫਾਇਦੇ ਤੱਕ ਜਾਂਦੀਆਂ ਨੇਗੀਆਂ। ਅਮਰੀਕਾ ਦੇ ਕਹਿੰਦੇ ਦਿੱਗਜ ਟੈਕ ਕੰਪਨੀ ਐਪਲ ਭਾਰਤ ਦੇ ਵਿੱਚ 78,000 ਤੋਂ ਜ਼ਿਆਦਾ ਮਕਾਨ ਬਣਾਉਣ ਜਾ ਰਹੀ ਆ, ਅਤੇ ਪਿਛਲੇ 2.5 ਸਾਲ ਦੇ ਅੰਦਰ ਦੇਸ਼ ਭਰ ਦੇ ਵਿੱਚ 1,50,000 ਲੋਕਾਂ ਨੂੰ ਨੌਕਰੀ ਦੇਣ ਤੋਂ ਬਾਅਦ ਐਪਲ ਹੁਣ ਭਾਰਤ 'ਚ ਚੀਨ ਅਤੇ ਵੀਅਤਨਾਮ ਵਰਗੇ ਇੰਡਸਟਰੀਅਲ ਹਾਊਸਿੰਗ ਮਾਡਲ ਅਪਣਾਉਣ ਜਾ ਰਹੀ ਹੈਗੀ। ਯਾਨੀ ਕਿ ਬਾਹਰ ਉਹਨਾਂ ਦੇ ਹੈਗੇ ਨੇ, ਹੁਣ ਇੱਥੇ ਸ਼ੁਰੂ ਕਰਨ ਲੱਗੇ ਆ। ਟਾਈਮਸ ਆਫ ਇੰਡੀਆ ਦੀ ਕਹਿੰਦੇ ਰਿਪੋਰਟ ਦੇ ਅਨੁਸਾਰ ਐਪਲ ਦੇ ਕੰਟਰੈਕਟ ਮੈਨੂਫੈਕਚਰਰ ਅਤੇ ਸਪਲਾਇਰਸ ਅਤੇ ਕਰਮਚਾਰੀਆਂ ਦੀ ਆਵਾਸੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਤਿਆਰੀ ਕੀਤੀ ਆ। ਇਹ ਮਕਾਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਬਣਾਏ ਜਾਣਗੇ, ਯਾਨੀ ਕਿ ਉਹ ਵੀ ਸਹਿਯੋਗ ਕਰਨਗੇ ਅਤੇ ਬੰਦਾ ਖੁਦ ਵੀ ਆਪਦੀ ਹਿੰਮਤ ਮਾਰੂਗਾ। ਦੱਸਿਆ ਜਾਂਦਾ ਕਿ ਇਹ ਯੋਜਨਾ ਦੇ ਤਹਿਤ ਕਹਿੰਦੇ 78,000 ਤੋਂ ਜ਼ਿਆਦਾ ਮਕਾਨ ਦਾ ਨਿਰਮਾਣ ਕੀਤਾ ਜਾਣਾ, ਅਤੇ ਇਹਦੇ ਲਈ ਸਭ ਤੋਂ ਜ਼ਿਆਦਾ ਕਰੀਬ 58,000 ਮਕਾਨ ਤਮਿਲਨਾਡੂ 'ਚ ਤਿਆਰ ਕੀਤਾ ਜਾਣਾਗਾ। ਇਹਦੇ ਨਾਲ ਬਣਾਉਣ ਨੂੰ ਲੈ ਕੇ ਜਿੰਮਾ ਤਮਿਲਨਾਡੂ ਸਟੇਟ ਦੇ ਜਿਹੜੇ ਉੱਥੋਂ ਦਾ ਡਿਪਾਰਟਮੈਂਟ ਆ ਉਹਨੂੰ, ਟਾਟਾ ਗਰੁੱਪ ਨੂੰ, ਫੋਕਸਕੋਨ ਨੂੰ, ਸੈਲਕੋਮ ਤੋਂ ਅਤੇ MPR ਇੰਡੀਆ ਨੂੰ ਹੈ ਜਿਹੜਾ ਉਹ ਜ਼ਿੰਮੇਦਾਰੀ ਦਿੱਤੀ ਹੈ ਵੀ ਤੁਸੀਂ ਸਾਨੂੰ ਘਰ ਬਣਾ ਕੇ ਦਿਓ। ਕੰਪਨੀ ਨੇ ਇੱਕ ਅਧਿਕਾਰੀ ਨੇ ਦੱਸਿਆ, ਕਹਿੰਦੇ ਕਿ ਯੋਜਨਾ ਦਾ ਉਦੇਸ਼ ਪ੍ਰਵਾਸੀ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਪ੍ਰਦਾਨ ਕਰਨਾ, ਅਤੇ ਇਹਨਾਂ 'ਚ ਜ਼ਿਆਦਾਤਰ 19 ਤੋਂ ਲੈ ਕੇ 24 ਸਾਲ ਤੱਕ ਦੇ ਨੇਗੇ, ਕਿਉਂਕਿ ਜ਼ਿਆਦਾਤਰ ਕਰਮਚਾਰੀ ਕਹਿੰਦੇ ਕਿਰਾਏ 'ਤੇ ਰਹਿੰਦੇ ਨੇਗੇ, ਅਤੇ ਅਜਿਹੇ ਦੇ 'ਚ ਕੰਪਨੀ ਤੱਕ ਪਹੁੰਚਣ ਲਈ ਉਹਨਾਂ ਨੂੰ ਬੱਸਾਂ ਦੇ ਵਿੱਚ ਘੰਟਾ ਸਫ਼ਰ ਕਰਨਾ ਪੈਂਦਾ। ਸੋਚਦੇ ਨੇ ਉਰੇ ਵਾਲੇ ਤਾਂ ਕਹਿੰਦੇ ਨੇ ਆਪੀ ਆਜੂ ਲਟਕਦਾ, ਅਗਲੇ ਨੇ 9 ਵਜੇ ਪਹੁੰਚਣਾ ਹੁੰਦਾ, 7 ਵਜੇ 6-6 ਵਜੇ ਚੱਲਦੇ ਨੇ ਕਈ ਤਾਂ ਜਿਹੜੇ ਵਿਚਾਰਿਆਂ ਨੇ ਮਜਬੂਰੀ ਬੱਸ ਲੱਗੇ ਹੁੰਦੇ ਨੇਗੇ। ਇਹ ਯੋਜਨਾ ਦੇ ਤਹਿਤ ਕਹਿੰਦੇ ਕੇਂਦਰ ਸਰਕਾਰ ਨੇ 10-15% ਧਨਰਾਸ਼ੀ ਪ੍ਰਦਾਨ ਕਰੂਗੀ, ਅਤੇ ਜਿਹਨੂੰ ਲੈ ਕੇ ਬਾਕੀ ਫੰਡ ਸੂਬਾ ਸਰਕਾਰ ਅਤੇ ਕਾਰੋਬਾਰੀ ਪਾਉਣਗੇ। ਅਧਿਕਾਰੀਆਂ ਦੇ ਮੁਤਾਬਕ ਇਹਨਾਂ ਘਰਾਂ ਦਾ ਨਿਰਮਾਣ ਅਤੇ ਨਿੱਜੀ ਖੇਤਰਾਂ ਦੇ ਵਿੱਚ ਸੰਪੂਰਨ ਨੂੰ ਲੈ ਕੇ 31 ਮਾਰਚ 2025 ਤੱਕ ਪੂਰਾ ਕਰ ਲਾਂਗੇ ਕਹਿੰਦੇ ਅਸੀਂ। ਹੁਣ ਗੱਲ ਇਹ ਦੇਖੋ ਤੁਸੀਂ ਵੀ ਇਹ ਕੰਪਨੀਆਂ ਕਿਉਂ ਆਖਰ ਇੰਨੀ ਅੱਗੇ ਨੇ। ਸਾਡੇ ਪ੍ਰਾਈਵੇਟ ਛੋਟੀ ਦੁਕਾਨ ਤੋਂ ਲੈ ਕੇ ਵੱਡੀ ਇੰਡਸਟਰੀ ਤੱਕ ਬੰਦਾ ਸੋਚਦਾ ਹੈ ਵੀ ਇਹ ਸਾਡਾ ਇੰਪਲਾਈ ਇਮਾਨਦਾਰ ਹੋਵੇ, ਸਾਡਾ ਇੰਪਲਾਈ ਸਾਡੇ ਵਾਸਤੇ ਕੰਮ ਕਰੇ, ਦਿਨ ਰਾਤ ਉਰੀ ਰਹਿ ਜੇ, ਬੰਦੂਆ ਮਜ਼ਦੂਰ ਵਾਂਗੂ ਉਹ ਬੰਦਾ ਮਰਦਾ ਵੀ ਆ, ਪਰ ਉਹਨੂੰ ਅਸੀਂ ਬਦਲੇ 'ਚ ਕੀ ਦੇਣੇ ਆ? ਜਦੋਂ ਬੰਦਾ ਬਿਮਾਰ ਵੀ ਹੋ ਜਾਵੇ ਛੁੱਟੀ ਤੱਕ ਨਹੀਂ ਦਿੰਦੇ, ਇਹ ਤਾਂ ਫੇਰ ਘਰ ਨੇਗੇ। ਖੈਰ ਅਜਿਹੀ ਕੰਪਨੀ ਵਾਲੀ ਸੋਚ ਜੇਕਰ ਬਾਕੀ ਵੀ ਅਪਣਾਉਣ ਤਾਂ ਇੰਪਲਾਈ ਕਿਉਂ ਨਹੀਂ ਮਰ ਕੇ ਜਿਹੜਾ ਕੰਪਨੀ ਵਾਸਤੇ ਕੰਮ ਕਰੂਗਾ? ਆਪਦੀ ਰਾਏ ਜ਼ਰੂਰ ਸਾਂਝੀ ਕਰਿਓ ਵੀ ਅਜਿਹੀ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ। ਆਪਣੇ ਵਾਲੇ ਕਦੇ ਸੋਚ ਸਕਦੇ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸੋਚਦੇ ਨੇ ਕਿ ਆਪਦੇ ਇੰਪਲਾਈ ਨੂੰ ਲੈ ਕੇ ਵੀ ਯਾਰ ਉਹ ਵੀ ਬੰਦਾ ਸੁਖੀ ਹੋਣਾ ਚਾਹੀਦਾ ਗਾ।